पटियाला नगर निगम चुनाव को लेकर वार्ड नंबर 59 से शिरोमणी अकाली दल और बीजेपी की सांझी उम्मीदवार बीबी गुरमीत कौर बराड़, जिनका चुनाव चिन्ह तकड़ी है, उन्होंने अपने वार्ड के लोगों से अपील की है कि 17 दिसंबर को होने जा रहे चुनाव में अपना एक एक कीमती वोट डालकर उनको कामयाब बनाएं। काउंसलर वार्ड नंबर 59 तो हुण मैनूं टिकट लेके पार्टी ने देके नवाजा। पहला मैं 50 नंबर तो काउंसलर रह चुकी हैं ते जिहड़ी साडी पार्टी, सब तो पहला मैं सरदार सरजीत सिंह रखड़ा ते साडी जिहड़ी श्रोमणी अकाली दल सरदार सुखबीर सिंह बादल ते सरदार प्रकाश सिंह बादल, उन्हां दा तहे दिलों धन्नवाद करदी हां जिन्हां ने यह मैनूं दोबारा मान फिर बख्शिया। ਅਤੇ ਇੱਥੋਂ ਪਹਿਲਾਂ ਜਿਹੜਾ ਸਾਡਾ ਵਾਰਡ ਨੰਬਰ 50 ਸੀ ਅਤੇ 59 ਵਾਰਡ ਸੀ ਗੁਰਮੁਖ ਸਿੰਘ ਢਿੱਲੋਂ ਦਾ, ਇਹ ਸਾਡੇ ਦੋਨੋਂ ਵਾਰਡ ਸੀ ਜਿਹੜੇ ਇਕੱਠੇ ਸੀ, ਜਿਹੜਾ ਕਿ ਹੁਣ ਦੋਨੋਂ ਮਿਲਾ ਕੇ ਇਹਦਾ ਵਾਰਡ ਇੱਕ ਬਣ ਗਿਆ। ਅਤੇ ਮੈਂ ਮਤਲਬ ਨਾ ਤਾਂ ਉਹਨਾਂ ਨੇ ਅਤੇ ਅਸੀਂ ਸੜਕਾਂ ਜਿੰਨੀਆਂ ਸੀਗੀਆਂ ਇੱਥੇ, ਕਿਉਂਕਿ ਬਾਹਰਲਾ ਏਰੀਆ ਹੋਣ ਕਰਕੇ ਇੱਥੇ ਨਾ ਤਾਂ ਸੀਵਰੇਜ ਸੀਗਾ ਅਤੇ ਨਾ ਹੀ ਸੜਕਾਂ ਸੀ। ਪਹਿਲਾਂ ਅਸੀਂ ਸੀਵਰੇਜ ਦਾ ਕੰਮ ਕੰਪਲੀਟ ਕੀਤਾ, ਉਸ ਤੋਂ ਬਾਅਦ ਜਿਹੜੀਆਂ ਹੁਣ ਸੜਕਾਂ ਨੇ ਅਤੇ ਮੇਰੇ ਖਿਆਲ 'ਚ ਤੁਸੀਂ ਆਪ ਹੀ ਜਾ ਕੇ ਉੱਥੇ ਵੇਖ ਸਕਦੇ ਹੋ, ਕੋਈ ਵੀ ਸੜਕ ਇੱਥੋਂ ਦੀ ਰਹੀ ਨਹੀਂ ਜਿਹੜੀ ਨਾ ਬਣੀ ਹੋਵੇ ਇਸ ਸਾਡੀ ਸਰਕਾਰ ਦੇ ਵਿੱਚ। ਅਤੇ ਜਿੰਨਾ ਵੀ ਟਿਊਬਾਂ ਦਾ ਕੰਮ ਹੈ, ਲਾਈਟਾਂ ਵਗੈਰਾ ਸਭ, ਮਤਲਬ ਕੋਈ ਕੰਮ ਰਿਹਾ ਨਹੀਂ ਵੀ ਜਿਹੜਾ ਇੱਥੇ ਬੰਦਾ ਆ ਕੇ ਜਾਂ ਕਾਂਗਰਸ ਵਾਲੀ ਇਹ ਆ ਕੇ ਕਹਿ ਸਕਣ ਵੀ ਅਸੀਂ ਇੱਥੇ ਆ ਰਹਿੰਦਾ ਵਿਕਾਸ ਹੈ ਅਤੇ ਅਸੀਂ ਇੱਥੇ ਇਹ। ਮੈਂ ਆਪਣੇ ਸਾਰੇ ਜਿਹੜੇ ਮੇਰੇ ਵਾਰਡ ਦੇ ਵੋਟਰ ਨੇ ਸੂਝਵਾਨ ਵੋਟਰ, ਮੈਂ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਜਿਹੜੀ ਇਹ ਵੋਟਾਂ ਆਪਦੀਆਂ ਇਹ ਸਾਰੀਆਂ ਜਿਹੜੀਆਂ ਮੇਰੇ ਕੰਮਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਪਾਉਣ, ਅਤੇ ਮੈਂ ਨਾਲ ਹੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਜਾਂ ਕਾਂਗਰਸ ਦੀ ਸਰਕਾਰ ਹੈ ਉਹਨਾਂ ਨੂੰ ਵੀ ਇਹ ਅਪੀਲ ਕਰਨੀ ਚਾਹੂੰਗੀ ਕਿ ਜਿਹੜੀ ਵੋਟ ਹੈ ਉਹ ਇੱਕ ਇਨਸਾਨ ਦਾ ਅਧਿਕਾਰ ਹੈ, ਉਹ ਜਿਹੜੀਆਂ ਵੋਟਾਂ ਨੇ ਸਾਡੀਆਂ ਸ਼ਾਂਤੀ ਨਾਲ ਪੈਣ, ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਮਨ ਦੇ ਵਿੱਚ ਹੈਗਾ ਵੀ ਅਸੀਂ ਸਾਨੂੰ ਵੋਟ ਪਾਉਣੀ ਨਹੀਂ ਮਿਲਦੀ ਜਾਂ ਕੁਛ, ਸਾਡਾ ਇਹ ਓਬਜੈਕਸ਼ਨ ਜ਼ਰੂਰ ਹੈ ਵੀ ਸਾਨੂੰ ਵੋਟਾਂ ਲੋਕ ਸਾਡੇ ਜਾਣ ਤੋਂ ਪਹਿਲਾਂ ਪਾ ਜਾਂਦੇ ਨੇ। ਇਹ ਮੈਂ ਉਹਨਾਂ ਨੂੰ ਅਪੀਲ ਕਰੂੰਗੀ ਵੀ ਸ਼ਾਂਤੀ ਦੇ ਨਾਲ ਵੋਟਾਂ ਪਾਉਣ। ਮੈਦਾਨ ਦੇ ਵਿੱਚ ਜਿਹੜੇ ਦੋ ਘੁਲ ਦੇ ਮੱਲ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਹਾਰਨਾ ਹੀ ਹੁੰਦਾ, ਇੱਕ ਨੇ ਜਿੱਤਣਾ ਹੁੰਦਾ, ਜਿਹੜਾ ਜਿੱਤੇ ਤਾਂ ਉਹਦੀ ਘੱਟੋ ਘੱਟ ਇੰਨੀ ਸ਼ਾਨ ਜ਼ਰੂਰ ਹੋਵੇ, ਉਹਨੂੰ ਮਾਣ ਹੋਵੇ ਵੀ ਮੈਂ ਆਪਣੀਆਂ ਵੋਟਾਂ ਦੇ ਨਾਲ ਜਿੱਤਿਆ। आप हमारे चैनल को सब्सक्राइब करें, लाइक करें और शेयर करें और कमेंट जरूर करें।